ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੰਜਾਬ ਦੇ ਵਿੱਚ ਬੇਹੱਦ ਗਰਮੀ ਰਹੀ ਹੈ ਪਿਛਲੇ ਕਈ ਦਿਨਾਂ ਦੇ ਵਾਂਗ, ਪਰ ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ 11 ਅਤੇ 12 ਜੂਨ ਨੂੰ, ਯਾਨੀ ਕਿ 2 ਦਿਨ ਪੰਜਾਬ ਦੇ ਵਿੱਚ ਬੱਦਲਵਾਈ ਕਈ ਥਾਵਾਂ ਦੇ ਉੱਤੇ ਰਹਿ ਸਕਦੀ ਹੈ, ਅਤੇ ਜੇਕਰ ਬੱਦਲਵਾਈ ਰਹਿੰਦੀ ਹੈ ਤਾਂ ਮਤਲਬ ਇਹ ਹੈ ਕਿ ਪਾਰਾ ਥੋੜ੍ਹਾ ਜਿਹਾ ਥੱਲੇ ਆਊਗਾ। ਪਰ ਜੇਕਰ ਅਸੀਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਖੇਤਰ ਦੇ ਵਿੱਚ ਅੱਜ ਆਥਣੇ 4 ਵਜੇ ਤੋਂ ਬਾਅਦ ਮੀਂਹ ਪਿਆ। ਵੈਸੇ ਸ਼ਿਮਲੇ ਦੇ ਵਿੱਚ ਵੀ ਬੇਹੱਦ ਗਰਮੀ ਹੋ ਗਈ ਸੀ, 30.5 ਡਿਗਰੀ ਦੇ ਕਰੀਬ ਤਾਪਮਾਨ ਹੋ ਗਿਆ ਸੀ, ਪਰ ਉੱਥੇ ਮੀਂਹ ਅਤੇ ਗੜੇ ਪੈਣ ਦੇ ਕਰਕੇ ਮੌਸਮ ਸੋਹਣਾ ਹੋ ਗਿਆ। ਦਿੱਲੀ ਦੇ ਵਿੱਚ ਵੀ ਮੀਂਹ ਪੈਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਅਤੇ ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪ੍ਰੀ ਮੌਨਸੂਨ ਬਾਰਿਸ਼ ਆ ਜਿਹੜੀ ਉਹ ਪੰਜਾਬ ਅਤੇ ਹਰਿਆਣੇ ਦੇ ਵਿੱਚ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾਂਦੀ ਹੈ। ਬਾਕੀ ਵਕਤ ਦੱਸੂਗਾ ਕਿ ਇਹਦੇ ਵਿੱਚ ਸੱਚਾਈ ਕਿੰਨੀ ਕੁ ਜਿਹੜੀ ਭਵਿੱਖਬਾਣੀ ਕੀਤੀ ਹੈ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਬਾਰੇ ਜਾਂਦੇ ਹਾਂ ਤਾਂ ਉਹ ਫਤਿਹਵੀਰ ਸਿੰਘ ਦੀ ਮੌਤ ਦੇ ਨਾਲ ਸੰਬੰਧਿਤ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਈ ਕਿਸਮ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਸੀ। ਲੱਗਦਾ ਸੀ ਕਿ ਫਤਿਹਵੀਰ ਸਿੰਘ ਦਾ ਬਚਾਅ ਹੋ ਸਕਣਾ ਬਹੁਤ ਔਖਾ, ਪਰ ਕਿਸੇ ਦੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲਦੀ ਨਹੀਂ ਸੀ, ਕਿਉਂਕਿ ਮਾਮਲਾ ਬੜਾ ਸੰਵੇਦਨਸ਼ੀਲ ਸੀ, ਇਹ ਮਾਮਲਾ ਬੜੇ ਜਜ਼ਬਾਤ ਨਾਲ ਜੁੜਿਆ ਹੋਇਆ ਸੀ, ਇਹ ਮਾਮਲਾ ਬਹੁਤ ਭਾਵੁਕ ਕਰਨ ਵਾਲਾ ਸੀ। ਇਸ ਕਰਕੇ ਕੋਈ ਮੂੰਹ ਦੇ ਵਿੱਚੋਂ ਇਹ ਸ਼ਬਦ ਨਹੀਂ ਸੀ ਕੱਢਣਾ ਚਾਹੁੰਦਾ ਕਿ ਫਤਿਹਵੀਰ ਦੀ ਮੌਤ ਵੀ ਹੋ ਸਕਦੀ ਹੈ। ਪਰ ਜਿਸ ਤਰੀਕੇ ਦੇ ਹਾਲਾਤ ਬਣੇ ਸੀ, ਜਿਸ ਤਰੀਕੇ ਦੇ ਨਾਲ ਉਹ 9 ਇੰਚੀ ਬੋਰ ਦੇ ਵਿੱਚ ਡਿੱਗਿਆ ਸੀ, ਜਿਸ ਤਰੀਕੇ ਦੇ ਨਾਲ ਗਰਮੀ ਆ, ਕਿਉਂਕਿ 45-46 ਡਿਗਰੀ ਹਰ ਰੋਜ਼ ਤਾਪਮਾਨ ਹੁੰਦਾ ਹੈ, ਉਸ ਤੋਂ ਬਾਅਦ ਬਚਾਅ ਦੀ ਉਮੀਦ ਆ ਜਿਹੜੀ ਉਹ ਕਾਫੀ ਘੱਟ ਚੁੱਕੀ ਸੀ। ਅੱਜ ਯਾਨੀ ਕਿ ਭਾਰਤੀ ਸਮੇਂ ਦੇ ਮੁਤਾਬਕ 10 ਤਰੀਕ ਨੂੰ ਸਵੇਰੇ 5:20 'ਤੇ ਜਦੋਂ ਉਹਨੂੰ ਬਾਹਰ ਕੱਢਿਆ ਗਿਆ ਅਤੇ ਉਹਨੂੰ ਚਿੱਟੇ ਰੰਗ ਦੇ ਕੱਪੜੇ ਦੇ ਵਿੱਚ ਫਤਿਹਵੀਰ ਨੂੰ ਪਾ ਕੇ ਅਤੇ PGI ਦੇ ਵਿੱਚ ਲਿਆਂਦਾ ਗਿਆ, ਅਤੇ ਉਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਹਦਾ ਪੋਸਟਮਾਰਟਮ ਕੀਤਾ ਗਿਆ, ਅਤੇ ਫਿਰ ਉਸ ਤੋਂ ਬਾਅਦ ਜੋ ਜੋ ਕੁਝ ਪੰਜਾਬ ਦੇ ਵਿੱਚ ਭਾਵੁਕਤਾ ਦੇ ਲਹਿਜੇ ਦੇ ਵਿੱਚ ਭਾਵੁਕਤਾ ਦੇ ਰੂਪ ਦੇ ਵਿੱਚ ਹੋਇਆ ਉਹ ਸ਼ਬਦਾਂ ਵਿੱਚ ਬਿਆਨ ਕਰਨਾ ਬੇਹੱਦ ਔਖੀ ਗੱਲ ਹੈ। ਇੱਕ ਅੰਦਾਜ਼ਾ ਲਾ ਕੇ ਦੇਖੋ ਕਿ 2 ਵਰ੍ਹਿਆਂ ਦਾ ਬੱਚਾ ਜਿਹੜਾ ਕਿ ਹੱਸਦਾ ਖੇਡਦਾ ਬੋਰਵੈਲ ਦੇ ਵਿੱਚ ਡਿੱਗ ਪਿਆ। ਸਾਡੇ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਰਕੇ, ਸਾਡੀਆਂ ਸਰਕਾਰਾਂ ਦੀ ਅਣਗਹਿਲੀ ਦੇ ਕਰਕੇ ਉਸ ਬੱਚੇ ਨੂੰ 115 ਘੰਟੇ ਤੱਕ ਬੋਰਵੈਲ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਿਆ, ਅਤੇ ਜਦੋਂ ਉਹ ਬਾਹਰ ਕੱਢਿਆ ਤਾਂ ਉਹਦੇ ਸਰੀਰ ਦੇ ਵਿੱਚੋਂ ਇੰਨੀ ਕੁ ਬਦਬੂ ਮਾਰਦੀ ਸੀ ਕਿ ਜਿਹੜੇ ਨੌਜਵਾਨ ਦੇ ਵੱਲੋਂ ਉਹਦੀ ਬੋਰੀ ਖਿੱਚ ਕੇ ਅਤੇ ਉਹਨੂੰ ਉਸ ਪਾਈਪ ਦੇ ਵਿੱਚੋਂ ਬਾਹਰ ਕੱਢਿਆ ਗਿਆ। ਉਹਨੇ ਇਹ ਗੱਲ ਕਹੀ ਹੈ ਕਿ ਮੇਰਾ ਇੰਨਾ ਕੁ ਮਨ, ਇੰਨਾ ਕੁ ਚਿੱਤ ਖਰਾਬ ਹੋ ਗਿਆ ਕਿ ਮੁਸ਼ਕ ਦੇ ਕਰਕੇ ਮੈਨੂੰ ਉਲਟੀ ਆਉਣ ਵਾਲੀ ਸਥਿਤੀ ਬਣ ਗਈ। ਮਤਲਬ ਕਹਿਣ ਦਾ ਇਹ ਹੈ ਕਿ ਇਹੋ ਜਿਹੇ ਹਾਲਾਤ ਬਣ ਗਏ ਸੀ ਕਿ ਉਸ ਬੱਚੇ ਨੂੰ ਬਚਾਇਆ ਜਾ ਹੀ ਨਹੀਂ ਸੀ ਸਕਦਾ। ਅੱਜ PGI ਦੇ ਡਾਕਟਰਾਂ ਦੇ ਵੱਲੋਂ ਵੀ ਇੱਕ ਖੁਲਾਸਾ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਪੂਰਾ ਦਿਨ ਪੰਜਾਬ ਦੀ ਰਾਜਨੀਤੀ ਫਤਿਹਵੀਰ ਦੇ ਮਾਮਲੇ ਦੇ ਉੱਤੇ ਗੂੰਜਰੀ ਰਹੀ ਹੈ। ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ, ਮੋਇਆਂ ਦੇ ਉੱਤੇ, ਜੰਮਦਿਆਂ ਦੇ ਉੱਤੇ, ਬੱਚਿਆਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਰਾਜਨੀਤੀ ਕੀਤੀ ਜਾਂਦੀ ਹੈ, ਉਹ ਇੱਕ ਵੱਖਰਾ ਪ੍ਰਸੰਗ ਆ ਜਿਹੜਾ ਕਿ ਸ਼ਰਮਨਾਕ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਅੱਜ ਟਵੀਟ ਕੀਤੇ ਗਏ ਆ। ਟਵੀਟ ਕਰਨ ਤੋਂ ਬਾਅਦ ਉਹਨਾਂ ਨੂੰ ਗਾਲ ਦੁੱਪੜ ਦਾ ਵੀ ਸਾਹਮਣਾ ਕਰਨਾ ਪਿਆ, ਕਿਉਂਕਿ ਲੋਕਾਂ ਨੇ ਕਈ ਤਰ੍ਹਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਰਾਜਾ ਵੜਿੰਗ ਹੋਰਾਂ ਦੇ ਵੱਲੋਂ ਜੋ ਦੁਖਦਾਈ ਪੋਸਟ ਪਾਈ ਗਈ ਹੈ ਉਹਦੇ ਉੱਤੇ ਵੀ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅੱਜ NDRF ਦੇ ਕੰਮਕਾਜ ਦੇ ਬਾਰੇ ਪਤਾ ਲੱਗਾ ਕਿ DIG ਦੇ ਵੱਲੋਂ ਇੱਕ ਪ੍ਰਤੀਕਿਰਿਆ ਦਿੱਤੀ ਗਈ ਹੈ, ਲੋਕ ਉਹਦੇ ਨਾਲ ਸਹਿਮਤ ਨਹੀਂ ਹੈ। ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੁੰਦੇ ਆ ਕਿ ਜੇਕਰ ਕਿਸੇ ਲੀਡਰ ਦਾ ਪੁੱਤ ਇਸ ਤਰੀਕੇ ਦੇ ਨਾਲ, ਕਿਸੇ ਲੀਡਰ ਦੀ ਧੀ ਇਸ ਤਰੀਕੇ ਨਾਲ ਖੇਡਦਿਆਂ ਹੋਇਆਂ ਇਸੇ ਉਮਰ ਦੇ ਵਿੱਚ ਬੋਰਵੈਲ ਦੇ ਵਿੱਚ ਡਿੱਗ ਪਵੇ, ਤਾਂ ਕੀ ਇੰਨੇ ਸਮੇਂ ਬਾਅਦ ਉਹਨੂੰ ਕੱਢਿਆ ਜਾਵੇਗਾ, ਜਾਂ ਫਿਰ ਉੱਥੇ ਪ੍ਰਸ਼ਾਸਨਿਕ ਅਦਾਰੇ ਆ ਜਿਹੜੇ ਉਹ ਬਹੁਤ ਚੁਸਤੀ ਦੇ ਨਾਲ, ਬਹੁਤ ਸਖਤੀ ਦੇ ਨਾਲ ਕੰਮਕਾਜ ਕਰਨਗੇ? ਕਿਉਂਕਿ ਜੋ ਇਹ ਪਰਿਵਾਰ ਹੈ, ਜਿਹੜਾ ਕਿ ਪੀੜਿਤ ਪਰਿਵਾਰਕ ਮੈਂਬਰ ਹੈ, ਇਹ ਬਹੁਤ ਗਰੀਬ ਆ, ਕਿਉਂਕਿ ਇਹਨਾਂ ਦੇ ਕੋਲ ਉਨੀ ਪੁੱਜਤ ਨਹੀਂ, ਇਹ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਸੰਬੰਧ ਰੱਖਦੇ ਆ। ਇਸ ਕਰਕੇ ਲੋਕਾਂ ਦੇ ਵੱਡੇ ਹਿੱਸੇ ਦਾ ਇਹ ਗੱਲ ਕਹਿਣੀ ਆ ਕਿ ਜੀ ਅਸੀਂ ਪੀੜਿਤ ਪਰਿਵਾਰਕ ਮੈਂਬਰਾਂ ਦੇ ਨਾਲ ਖੜ੍ਹੇ ਹਾਂ। ਵੱਖ ਵੱਖ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਆ। ਇਹ ਵੀ ਪਤਾ ਲੱਗਾ ਕਿ 11 ਤਰੀਕ ਨੂੰ ਸੰਗਰੂਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ, ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅਸਲ ਦੇ ਵਿੱਚ ਫਤਿਹਵੀਰ ਦਾ ਕਾਤਲ ਕੌਣ ਹੈ? ਕੀ ਉਹਦੇ ਮਾਪੇ ਆ ਜਿਨ੍ਹਾਂ ਨੂੰ ਪਤਾ ਸੀ ਕਿ ਸਾਡੇ ਘਰ ਦੇ ਵਿੱਚ 2 ਸਾਲ ਦਾ ਮਾਸੂਮ ਬੱਚਾ, ਅਤੇ ਅਸੀਂ ਇਸ ਬੋਰਵੈਲ ਨੂੰ ਟਾਕੇ ਰੱਖੀਏ ਜਿਹੜਾ ਕਈ ਵਰੇ ਪੁਰਾਣਾ ਹੈਗਾ? ਕੀ ਅਸੀਂ ਉਹਨਾਂ ਨੂੰ ਕਾਤਲ ਮੰਨੀਏ ਜਾਂ ਨਾ ਮੰਨੀਏ? ਕੀ ਇਸ ਬੱਚੇ ਦਾ ਕਾਤਲ ਪ੍ਰਸ਼ਾਸਨ ਹੈ? ਕੀ NDRF ਦੀਆਂ ਟੀਮਾਂ? ਕੀ ਤਕਨੀਕ ਦੀ ਘਾਟ ਹੈ? ਕੀ ਪੰਜਾਬ ਦੀ ਸਰਕਾਰ ਹੈ? ਇਹ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ। ਪਹਿਲਾਂ ਉਹ ਕੁਝ ਖਬਰਾਂ ਜਿਹੜੀਆਂ ਸਾਡੇ ਤੱਕ ਕੱਪੜੀਆਂ ਉਹ ਸਾਂਝੀਆਂ ਕਰਦੇ ਹਾਂ, ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। PGI ਚੰਡੀਗੜ੍ਹ ਦੇ ਡਾਕਟਰਾਂ ਨੇ ਸੰਗਰੂਰ ਦੇ ਭਗਵਾਨਪੁਰਾ ਦੇ ਵਿੱਚ 2 ਸਾਲਾ ਫਤਿਹਵੀਰ ਸਿੰਘ ਦੀ ਮੌਤ ਬਾਰੇ ਖੁਲਾਸਾ ਕੀਤਾ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। 6 ਦਿਨਾਂ ਬਾਅਦ ਬੋਰਵੈਲ ਦੇ ਵਿੱਚੋਂ ਕੱਢੇ ਗਏ ਫਤਿਹਵੀਰ ਨੂੰ ਤੁਰੰਤ ਐਂਬੂਲੈਂਸ ਦੇ ਰਾਹੀਂ PGI ਦੇ ਵਿੱਚ ਲਿਆਂਦਾ ਗਿਆ। ਪੋਸਟਮਾਰਟਮ ਮਗਰੋਂ ਡਾਕਟਰਾਂ ਨੇ
ਫਤਿਹਵੀਰ ਬਾਰੇ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ। ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ ਉਹਨੂੰ ਜਦੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸਦੇ ਸਾਹ ਰੁਕੇ ਹੋਏ ਸਨ, ਦਿਲ ਵੀ ਨਹੀਂ ਸੀ ਧੜਕ ਰਿਹਾ, ਜਿਸ ਮਗਰੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਪੁਲਿਸ ਨੇ ਉਸਦਾ ਪੋਸਟਮਾਰਟਮ ਕਰਵਾਉਣ ਵਾਸਤੇ ਕਿਹਾ। ਇਸ ਮਗਰੋਂ ਡਾਕਟਰਾਂ ਦੇ ਪੈਨਲ ਨੇ ਫਤਿਹਵੀਰ ਦਾ ਪੋਸਟਮਾਰਟਮ ਕੀਤਾ। ਇਸ ਤੋਂ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਹੀ ਫਤਿਹ ਦੇ ਸਾਹਾਂ ਦੀ ਡੋਰ ਟੁੱਟ ਗਈ ਸੀ ਅਤੇ ਉਹ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ। ਦੱਸਣਾ ਬਣਦਾ ਕਿ ਪ੍ਰਸ਼ਾਸਨ ਪਰਿਵਾਰ ਨੂੰ ਲਗਾਤਾਰ ਦਿਲਾਸਾ ਦੇ ਰਿਹਾ ਸੀ ਕਿ ਫਤਿਹਵੀਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ, ਪਰ ਡਾਕਟਰਾਂ ਦੇ ਖੁਲਾਸੇ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਭਗਵਾਨਪੁਰਾ ਪਿੰਡ ਦੇ ਲੋਕਾਂ ਦੇ ਵੱਲੋਂ ਕਈ ਕਿਸਮ ਦੇ ਨਵੇਂ ਖੁਲਾਸੇ ਕੀਤੇ ਜਾ ਰਹੇ ਨੇ। ਪਿੰਡ ਦੇ ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਛਾਤੀ ਦੇ ਵਿੱਚ ਲੋਹੇ ਦੀਆਂ ਕੁੰਡੀਆਂ ਮਾਰ ਮਾਰ ਕੇ ਫਤਿਹਵੀਰ ਨੂੰ ਬੋਰਵੈਲ ਦੇ ਵਿੱਚੋਂ ਬਾਹਰ ਕੱਢਿਆ ਗਿਆ, ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਦੁਖਦਾਈ ਮਾਮਲਾ। ਪਿੰਡ ਦੇ ਇੱਕ ਵਸਨੀਕ ਨੇ ਇਸ ਮਾਮਲੇ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੱਸਿਆ। ਉਹਨਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬੱਚੇ ਦੀ ਛਾਤੀ ਵਿੱਚ ਕੁੰਡੀਆਂ ਮਾਰ ਕੇ ਉਸ ਨੂੰ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਦੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਘਟਨਾਕ੍ਰਮ ਸਾਹਮਣੇ ਆਇਆ, ਭਵਿੱਖ ਦੇ ਵਿੱਚ ਕੋਈ ਵੀ ਫਤਿਹਵੀਰ ਇਸ ਤਰੀਕੇ ਨਾਲ ਬੋਰਵੈਲ ਦੇ ਵਿੱਚ ਨਾ ਡਿੱਗੇ, ਕੋਈ ਵੀ ਨੰਨਾ ਮੁੰਨਾ ਬੱਚਾ ਇਸ ਤਰੀਕੇ ਦੇ ਨਾਲ ਆਪਣੇ ਮਾਤਾ ਪਿਤਾ ਤੋਂ ਦੂਰ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਸਾਨੂੰ ਖੁਦ ਨੂੰ ਵੀ ਸੁਰੱਖਿਅਤ ਤਰੀਕੇ ਅਪਣਾਉਣ ਦੀ ਲੋੜ ਹੈ, ਕਿਉਂਕਿ ਅਸੀਂ ਅਣਗਹਿਲੀ ਵਰਤਦੇ ਹਾਂ, ਅਸੀਂ ਲਾਪਰਵਾਹੀ ਵਰਤਦੇ ਹਾਂ, ਜਿਹਦੇ ਕਰਕੇ ਸਾਡੇ ਬੱਚੇ ਆ ਜਿਹੜੇ ਉਹ ਭੰਗ ਦੇ ਪਾਣੀ ਸਾਡੇ ਕੋਲੋਂ ਚਲੇ ਜਾਂਦੇ ਆ। ਬੇਸ਼ੱਕ ਅਸੀਂ ਇਸ ਸਾਰੇ ਮਾਮਲੇ ਦੇ ਵਿੱਚ ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ, ਰਾਹਤ ਕਰਮਚਾਰੀਆਂ ਨੂੰ ਜ਼ਿੰਮੇਵਾਰ ਮੰਨਦੇ, ਪਰ ਇਹਦੇ ਵਿੱਚ ਸੰਬੰਧਿਤ ਪਰਿਵਾਰਕ ਮੈਂਬਰਾਂ ਨੂੰ ਵੀ ਛੋਟ ਨਹੀਂ ਮਿਲਣੀ ਚਾਹੀਦੀ। ਜ਼ਿੰਮੇਵਾਰੀ ਸਭ ਤੋਂ ਪਹਿਲੀ ਉਹਨਾਂ ਦੀ ਹੈ। ਉਹਨਾਂ ਨੇ ਜੇਕਰ ਬੱਚੇ ਦੀ ਸੁਰੱਖਿਆ ਨਹੀਂ ਕੀਤੀ, ਇਹ ਸਾਰਾ ਘਟਨਾਕ੍ਰਮ ਤਾਂ ਵਾਪਰਿਆ। ਦੂਜੀ ਗੱਲ ਇਹ ਹੈ ਕਿ ਇਸ ਮਸਲੇ ਦੇ ਉੱਤੇ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ 5 ਦਿਨ ਤੱਕ ਬੋਲੇ ਹੀ ਨਹੀਂ, ਜਿਹੜੇ ਕਿ ਛੁੱਟੀਆਂ ਮਨਾਉਣ ਦੇ ਵਿੱਚ ਮਸਰੂਫ ਹੈ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਟਵੀਟ ਕਰਕੇ ਕਿ ਅਸੀਂ NDRF ਦੀਆਂ ਟੀਮਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਹੁਤ ਹਦਾਇਤਾਂ ਕੀਤੀਆਂ ਹੋਈਆਂ, ਉਹ ਸਹੀ ਤਰੀਕੇ ਨਾਲ ਕੰਮਕਾਜ ਕਰ ਰਹੇ ਨੇ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਅੱਜ ਫਿਰ ਟਵੀਟ ਕਰਕੇ ਗੱਲ ਕਹੀ ਗਈ ਕਿ ਮੈਨੂੰ ਬਹੁਤ ਦੁੱਖ ਹੈ, ਪੰਜਾਬ ਦੀ ਸਰਕਾਰ ਦੁੱਖ ਦੇ ਆਲਮ ਦੇ ਵਿੱਚ ਹੈ, ਫਤਿਹਵੀਰ ਦੇ ਜਾਣ ਦਾ ਦੁੱਖ ਸਭ ਨੂੰ ਹੈ, ਅਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਕਿ ਕੈਪਟਨ ਸਾਹਿਬ ਨੂੰ ਸਿਰਫ਼ ਅਤੇ ਸਿਰਫ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੰਮਾਂ ਕਾਜਾਂ ਵੱਲ ਧਿਆਨ ਦੇਣ ਦੀ ਲੋੜ ਮਹਿਸੂਸ ਹੁੰਦੀ ਹੈ। ਪੰਜਾਬ ਦੇ ਵਿੱਚ ਕੀ ਕੁਝ ਹੁੰਦਾ ਵਾਪਰਦਾ, ਇਹਦੇ ਬਾਬਤ ਉਹ ਸਾਰ ਨਹੀਂ ਲੈਂਦੇ। ਇੱਕ ਸਧਾਰਨ ਇਨਸਾਨ ਦਾ ਪੁੱਤ ਜਿਹੜਾ ਕਿ ਬਹੁਤ ਸੁੱਖਾਂ ਮੰਗ ਮੰਗ ਕੇ, ਜਿਹੜਾ ਕਿ ਬਹੁਤ ਅਰਦਾਸਾਂ ਕਰ ਕਰਕੇ ਹਾਸਲ ਕੀਤਾ ਸੀ, ਅਤੇ ਉਸ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ, ਅਤੇ ਉਹਦਾ ਅਸੀਂ ਕਹਿੰਦੇ ਹਾਂ ਕਿ ਪੰਜਾਬ ਤਰੱਕੀ ਦੀ ਰਾਹ ਦੇ ਉੱਤੇ ਹੈ। ਇਸੇ ਤਰੀਕੇ ਦੇ ਨਾਲ ਬਾਕੀ ਵੱਖ ਵੱਖ ਨੇਤਾਵਾਂ ਦੇ ਉੱਤੇ ਵੀ ਲੋਕਾਂ ਦੇ ਵੱਲੋਂ ਆਪਣਾ ਰੋਸ ਆ ਜਿਹੜਾ ਉਹ ਜ਼ਾਹਰ ਕੀਤਾ ਗਿਆ। ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ, ਖਾਸ ਕਰਕੇ ਸੁਨਾਮ ਅਤੇ ਸੰਗਰੂਰ ਦੇ ਵਿੱਚ ਅੱਜ ਕਈ ਥਾਵਾਂ ਦੇ ਉੱਤੇ ਪ੍ਰਦਰਸ਼ਨ ਕੀਤੇ ਗਏ ਆ। ਰਾਤ ਦੇ ਵੇਲੇ ਕਈ ਥਾਵਾਂ ਦੇ ਉੱਤੇ ਕੈਂਡਲ ਮਾਰਚ ਕੀਤੇ ਗਏ ਆ। ਲੋਕਾਂ ਦਾ ਇਹ ਰੋਸ ਕਿੰਨੀ ਕੁ ਦੇਰ ਬਰਕਰਾਰ ਰਹੂ, ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ। ਪਰ ਜਿਸ ਤਰੀਕੇ ਦੇ ਨਾਲ ਫਤਿਹਵੀਰ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਿਛਲੇ ਦਰਵਾਜ਼ੇ ਯਾਨੀ ਕਿ PGI ਦੇ ਪਿਛਲੇ ਦਰਵਾਜ਼ੇ ਥਾਣੀ ਕੱਢ ਕੇ ਅਤੇ ਸੰਗਰੂਰ ਦੇ ਵਿੱਚ ਲਿਆਂਦੀ ਗਈ, ਜਿਸ ਤਰੀਕੇ ਦੇ ਨਾਲ 5-4 ਮਿੰਟ ਪਰਿਵਾਰਕ ਮੈਂਬਰਾਂ ਨੂੰ ਵੇਖਣ ਦਿੱਤਾ ਅਤੇ ਕਾਹਲੀ ਕਾਹਲੀ ਦੇ ਵਿੱਚ ਉਹਦਾ ਸਸਕਾਰ ਕਰ ਦਿੱਤਾ ਗਿਆ, ਉਸ ਤੋਂ ਇਹ ਜਾਪਦਾ ਕਿ ਪ੍ਰਸ਼ਾਸਨ ਨੂੰ ਇਸ ਗੱਲ ਦਾ ਡਰ ਸੀ ਕਿਤੇ ਲੋਕ ਭੜਕ ਨਾ ਜਾਣ, ਕਿਤੇ ਇਹ ਨਾ ਹੋਵੇ ਕਿ ਫਤਿਹਵੀਰ ਦੀ ਲਾਸ਼ ਨੂੰ ਲੈ ਕੇ ਲੋਕ ਸੜਕ ਦੇ ਉੱਤੇ ਬੈਠ ਜਾਣ ਅਤੇ ਬਹੁਤ ਵੱਡੇ ਪੱਧਰ ਦੇ ਉੱਤੇ ਕੋਈ ਚੁਣੌਤੀ ਖੜੀ ਹੋ ਜਾਵੇ। ਪਰ ਹੋਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਆਲੇ ਦੁਆਲੇ ਤਾਂ ਹੋਰ ਬੋਰ ਪੱਟਣ ਦੇ ਵਿੱਚ ਮਸਰੂਫ ਰਹੇ, ਪਰ ਉਸੇ ਥਾਂ ਦੇ ਵਿੱਚ ਕੁੰਡੀ ਪਾ ਕੇ ਇਸ ਬੱਚੇ ਨੂੰ ਕੱਢਿਆ ਗਿਆ, ਫਤਿਹਵੀਰ ਨੂੰ, ਜਿਹੜੇ ਬੋਰਵੈਲ ਦੇ ਵਿੱਚ ਉਡਕਿਆ ਸੀ। ਉਹ ਜਿਹੜੀ ਕੁੰਡੀ ਹੈ ਜਦੋਂ ਦੇਖਦੇ ਹਾਂ ਤਾਂ ਰੌਂਗਟੇ ਖੜ੍ਹੇ ਹੁੰਦੇ ਆ, ਕਿਉਂਕਿ ਉਹਦੇ ਦੋਨੋਂ ਪਾਸੇ ਤਿੱਖੇ ਦੰਦੇ ਬਣੇ ਹੋਏ ਆ ਅਤੇ ਉਹਨਾਂ ਦੋ ਦੰਦਿਆਂ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਉਹਨੂੰ ਕੱਢਿਆ ਗਿਆ, ਜਿਸ ਤਰੀਕੇ ਦੇ ਨਾਲ ਰੱਸੀਆਂ ਪਾ ਕੇ ਅਤੇ ਉਹਨੂੰ ਬਾਹਰ ਖਿੱਚਿਆ ਗਿਆ, ਉਸ ਤੋਂ ਬਾਅਦ ਮਨ ਦੇ ਵਿੱਚ ਸਵਾਲ ਤਾਂ ਕਈ ਆਉਂਦੇ ਆ, ਵਲਵਲੇ ਕਈ ਉੱਠਦੇ ਆ, ਪਰ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਉਸ ਤੋਂ ਬਾਅਦ ਕਈ ਵਾਰੀ ਜੀ ਕਰਦਾ ਵੀ ਟਿੱਪਣੀ ਨਾ ਵੀ ਕਰੀਏ। ਪਰ ਭਵਿੱਖ ਦੇ ਵਿੱਚ ਕੋਈ ਫਤਿਹਵੀਰ ਇੱਦਾਂ ਦਾ ਸਾਹਮਣੇ ਨਾ ਆਵੇ, ਇਹਦੀ ਕਾਮਨਾ ਜ਼ਰੂਰ ਅਸੀਂ ਕਰਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਇਸ ਮਸਲੇ ਦੇ ਉੱਤੇ ਸਾਡੀ ਸਰਕਾਰ ਦੀ ਨਲਾਇਕੀ ਸਾਹਮਣੇ ਆਈ ਹੈ ਅਤੇ ਜਿਸ ਤਰੀਕੇ ਦੇ ਨਾਲ ਹੁਣ ਵੱਖ ਵੱਖ ਰਾਜਨੀਤਿਕ ਲੋਕਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਤੋੜਾ ਝਾੜਿਆ ਜਾ ਰਿਹਾ। ਸੁਖਬੀਰ ਸਿੰਘ ਬਾਦਲ ਕਹਿੰਦੇ ਕੈਪਟਨ ਸਰਕਾਰ ਦੀ ਨਲਾਇਕੀ ਹੈ, ਹਰਪਾਲ ਸਿੰਘ ਚੀਮਾ ਕਹਿੰਦੇ ਟੱਬਰ ਦੇ 1 ਜੀ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ, 1 ਕਰੋੜ ਰੁਪਈਆ ਮਿਲਣਾ ਚਾਹੀਦਾ,
ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਅਸੀਂ ਇਸ ਸੰਘਰਸ਼ ਨੂੰ ਓਨੀ ਦੇਰ ਤੱਕ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਬੋਰਵੈਲ ਦੇ ਵਿੱਚ ਜੇਕਰ ਕੋਈ ਭਵਿੱਖ ਦੇ ਵਿੱਚ ਡਿੱਗ ਪੈਂਦਾ ਤਾਂ ਉਹਨੂੰ ਬਾਹਰ ਕੱਢਣ ਵਾਸਤੇ ਤਕਨੀਕ ਨਹੀਂ ਲੈ ਕੇ ਆਉਂਦੀ ਜਾਂਦੀ। ਇਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦਾ ਪੂਰੇ ਦਾ ਪੂਰਾ ਦਿਨ ਅੱਜ ਦਾ ਹੀ ਨਹੀਂ ਸਗੋਂ ਪਿਛਲੇ 5-6 ਦਿਨਾਂ ਤੋਂ ਸਿਰਫ ਅਤੇ ਸਿਰਫ ਅਖਬਾਰਾਂ ਦੇ ਵਿੱਚ ਮੀਡੀਏ ਦੇ ਵਿੱਚ ਇਸੇ ਖਬਰ ਦੀ ਚਰਚਾ ਸੀ। ਪਰ ਫਤਿਹਵੀਰ ਜਦੋਂ ਹੁਣ ਸਾਡੇ ਦਰਮਿਆਨ ਨਹੀਂ ਰਿਹਾ ਤਾਂ ਅਸੀਂ ਸਮਝ ਸਕਦੇ ਹਾਂ ਉਹਨਾਂ ਦੇ ਟੱਬਰ ਦੀ ਭੀੜ ਕੀ ਹੈ। ਪਰ ਜੋ ਡਾਕਟਰਾਂ ਦੇ ਵੱਲੋਂ PGI ਦੇ ਡਾਕਟਰਾਂ ਵੱਲੋਂ ਖੁਲਾਸਾ ਕੀਤਾ ਗਿਆ ਉਸ ਤੋਂ ਬਾਅਦ ਤਾਂ ਇਹੀ ਜਾਪਦਾ ਕਿ ਪ੍ਰਸ਼ਾਸਨ ਦੇ ਵੱਲੋਂ ਅਤੇ ਸਰਕਾਰ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਅਤੇ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ। ਉਹ ਲਗਾਤਾਰ ਇਹ ਗੱਲ ਕਹੀ ਗਏ ਕਿ ਅਸੀਂ ਜਿਉਂਦੇ ਜੀ ਉਹਨੂੰ ਬਾਹਰ ਕੱਢ ਲਵਾਂਗੇ, ਉਹ ਸੁਰੱਖਿਅਤ ਹੈ, ਪਰ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਕ ਉਹ ਕੁਝ ਦਿਨ ਪਹਿਲਾਂ ਹੀ ਇਸ ਜਹਾਨ ਤੋਂ ਕੂਚ ਕਰ ਗਿਆ। ਉਹ ਉੱਥੇ ਗਰਮੀ ਨੂੰ, ਉਹ ਉੱਥੇ ਭੁੱਖ ਨੂੰ, ਉਹ ਉੱਥੇ ਹੁੰਮਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ, ਜਿਹਦੇ ਕਰਕੇ ਬੱਚਾ ਜੋ ਕਿ ਮਲੂਕ ਜਿੰਦ ਸੀ ਉਹ ਇਸ ਸਦਮੇ ਨੂੰ, ਉਹ ਇਸ ਡਰ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਦੁਨੀਆ ਨੂੰ ਅਲਵਿਦਾ ਕਹਿ ਗਿਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਪੰਜਾਬ ਦੇ ਵਿੱਚ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਨੂੰ ਕਈ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਆਪਾਂ ਸਾਰੇ ਜਾਣਦੇ ਹਾਂ। ਪਰ ਹੁਣ ਅਕਾਲੀ ਦਲ ਦੇ ਵੱਲੋਂ ਇੱਕ ਆਪਣਾ ਪੁਰਾਣਾ ਹਥਿਆਰ ਆ ਜਿਹੜਾ ਉਹ ਫਿਰ ਵਰਤਿਆ ਜਾਣ ਲੱਗਿਆ, ਉਹ ਹੈ ਹਥਿਆਰ ਪੰਥਕ। ਕਿਉਂਕਿ ਜਦੋਂ ਵੀ ਅਕਾਲੀ ਦਲ ਨੂੰ ਕਿਸੇ ਕਿਸਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਉਹ ਕੁਝ ਕੁ ਪੰਥਕ ਮੁੱਦਿਆਂ ਨੂੰ ਜ਼ਰੂਰ ਚੁੱਕਦਾ। ਐਤਕੀ ਵੀ ਜਦੋਂ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦਸਾਂ ਦੇ ਵਿੱਚੋਂ 2 ਸੀਟਾਂ ਦੇ ਉੱਤੇ ਕਾਮਯਾਬੀ ਮਿਲੀ ਹੈ, ਕਿਉਂਕਿ 3 ਸੀਟਾਂ ਤਾਂ ਭਾਜਪਾ ਦੇ ਹਿੱਸੇ ਦੇ ਵਿੱਚ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਖੁੱਸੇ ਹੋਏ ਆਧਾਰ ਨੂੰ ਬਰਕਰਾਰ ਰੱਖਣ ਦੇ ਲਈ, ਵਾਪਸ ਹਾਸਲ ਕਰਨ ਦੇ ਲਈ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਪੰਥਕ ਮੁੱਦਿਆਂ ਦਾ ਸਹਾਰਾ ਲਿਆ ਜਾਵੇ। ਇਸ ਕਰਕੇ ਹੁਣ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਗੱਲ ਵੀ ਛਿੜੀ ਹੈ, ਹੁਣ 1984 ਦੇ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਵੀ ਛਿੜੀ ਹੈ, ਹੁਣ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਆ ਜਿਹੜਾ ਉਹ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲ ਕੇ ਆਇਆ। ਯਾਨੀ ਕਿ ਇਹ ਉਹ ਮੁੱਦੇ ਆ ਜਿਹੜੇ ਕਿ ਸਮੇਂ-ਸਮੇਂ 'ਤੇ ਅਕਾਲੀ ਦਲ ਦੇ ਵੱਲੋਂ ਉਠਾਏ ਜਾਂਦੇ ਰਹੇ ਆ। ਆਮ ਤੌਰ ਦੇ ਉੱਤੇ ਉੱਠਦੇ ਇਹ ਮੁੱਦੇ ਉਦੋਂ ਆ ਜਦੋਂ ਅਕਾਲੀ ਦਲ ਨੂੰ ਚੁਣੌਤੀ ਹੋਵੇ, ਕੋਈ ਸਮੱਸਿਆ ਹੋਵੇ। ਜਦੋਂ ਸਾਰਾ ਕੁਝ ਸਹੀ ਚੱਲਦਾ ਉਦੋਂ ਇਹ ਮੁੱਦੇ ਵੀ ਦਰਕਿਨਾਰ ਹੋ ਜਾਂਦੇ ਆ। ਹੁਣ ਜਿਹੜੇ ਇਹ ਮੁੱਦੇ ਚੁੱਕੇ ਜਾ ਰਹੇ ਆ ਇਹ ਭਵਿੱਖ ਦੇ ਵਿੱਚ ਅਕਾਲੀ ਦਲ ਦੀ ਇਮੇਜ ਨੂੰ ਕਿੰਨਾ ਕੁ ਬਣਾ ਸਕਣਗੇ, ਕਿੰਨਾ ਕੁ ਉੱਚਾ ਚੁੱਕ ਸਕਣਗੇ ਇਹ ਵਕਤ ਦੱਸੂਗਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਵਿਧਾਨ ਸਭਾ ਚੋਣਾਂ ਤੋਂ ਬਾਅਦ, ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਥਕ ਮੁੱਦਿਆਂ ਵੱਲ ਮੁੜਨਾ ਸ਼ੁਰੂ ਹੋ ਗਿਆ। ਅਕਾਲੀ ਦਲ ਮੁੜ ਸਿਆਸਤ ਦੇ ਤਾਰ ਜੂਨ 1984 ਵਿੱਚ ਵਾਪਰੇ ਆਪਰੇਸ਼ਨ ਬਲੂ ਸਟਾਰ ਅਤੇ ਸਿੱਖ ਕਤਲੇਆਮ ਦੇ ਨਾਲ ਜੋੜ ਰਿਹਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਆਪਰੇਸ਼ਨ ਬਲੂ ਸਟਾਰ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਅਕਾਲੀ ਦਲ ਦੇ ਵੱਲੋਂ ਇਹ ਬਕਾਇਦਾ ਸ਼੍ਰੋਮਣੀ ਕਮੇਟੀ ਤੋਂ ਵੀ ਕਰਵਾਈ ਗਈ ਹੈ। ਇਸ ਤੋਂ ਇਲਾਵਾ ਅਕਾਲੀ ਦਲ ਆਪਰੇਸ਼ਨ ਬਲੂ ਸਟਾਰ ਦੇ ਵੇਲੇ ਭਾਰਤੀ ਫੌਜ ਵੱਲੋਂ ਗਾਇਬ ਕੀਤੇ ਗਏ ਲਾਇਬ੍ਰੇਰੀ ਦੇ ਇਤਿਹਾਸਕ ਖਜ਼ਾਨੇ ਨੂੰ ਵਾਪਸ ਕਰਾਉਣ ਦੇ ਲਈ ਵੀ ਚਾਰਾਜੋਈ ਕਰ ਰਿਹਾ। ਇਸ ਬਾਰੇ ਵੀ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਗਈ ਹੈ। ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਵੀ ਅਕਾਲੀ ਦਲ ਸਰਗਰਮ ਹੋਇਆ। ਇਸ ਤਰ੍ਹਾਂ ਅਕਾਲੀ ਦਲ ਨੇ ਪੰਥਕ ਮੁੱਦਿਆਂ ਵੱਲ ਮੁੜਨ ਦੀ ਰਣਨੀਤੀ ਘੜੀ ਹੈ। ਉੱਧਰ ਸ਼੍ਰੋਮਣੀ ਕਮੇਟੀ ਜੂਨ 1984 ਦੇ ਫੌਜੀ ਹਮਲੇ ਸਮੇਂ ਸ਼੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਇਲਾਵਾ 37 ਹੋਰ ਗੁਰਦੁਆਰਿਆਂ ਵਿੱਚ ਵੀ ਯਾਦਗਾਰ ਬਣਾਉਣ ਜਾ ਰਹੀ ਸੀ। ਇਹਨਾਂ ਗੁਰਦੁਆਰਿਆਂ ਵਿੱਚ ਵੀ ਜਾਨੀ ਮਾਲੀ ਨੁਕਸਾਨ ਹੋਇਆ ਸੀ। ਅਹਿਮ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਕਈ ਦਹਾਕਿਆਂ ਤੱਕ ਇਸ ਬਾਰੇ ਰਿਕਾਰਡ ਹੀ ਇਕੱਠਾ ਨਹੀਂ ਕੀਤਾ। ਹੁਣ ਇੱਕ ਸਬ ਕਮੇਟੀ ਬਣਾਈ ਜਾਵੇਗੀ, ਇਹ ਇਹਨਾਂ ਗੁਰਦੁਆਰਿਆਂ ਵਿੱਚ ਹੋਏ ਨੁਕਸਾਨ ਦੇ ਵੇਰਵੇ ਇਕੱਠੇ ਕਰੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਮੰਨਿਆ ਕਿ ਹਰਿਮੰਦਰ ਸਾਹਿਬ ਸਮੂਹ ਦੇ ਵਿੱਚ ਸ਼ਹੀਦੀ ਯਾਦਗਾਰ ਸਥਾਪਿਤ ਕੀਤੀ ਜਾ ਚੁੱਕੀ ਹੈ, ਪਰ ਇਹਨਾਂ 37 ਗੁਰਦੁਆਰਿਆਂ ਵਿੱਚ ਹੁਣ ਤੱਕ ਕੁਝ ਵੀ ਨਹੀਂ ਕੀਤਾ ਗਿਆ। ਹਾਸਲ ਜਾਣਕਾਰੀ ਦੇ ਮੁਤਾਬਕ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ 37 ਗੁਰਦੁਆਰਿਆਂ ਨੂੰ ਫੌਜੀ ਹਮਲੇ ਸਮੇਂ ਨਿਸ਼ਾਨਾ ਬਣਾਇਆ ਗਿਆ ਸੀ। ਇੱਥੇ ਵੀ ਜਾਨੀ ਮਾਲੀ ਨੁਕਸਾਨ ਹੋਇਆ। ਪਟਿਆਲੇ ਦੇ ਗੁਰਦੁਆਰੇ ਵਿੱਚ 17 ਵਿਅਕਤੀ ਫੌਜੀ ਹਮਲੇ ਦਾ ਨਿਸ਼ਾਨਾ ਬਣੇ ਸਨ। ਇਸੇ ਤਰ੍ਹਾਂ ਮੁਕਤਸਰ, ਤਰਨ ਤਾਰਨ, ਫਗਵਾੜਾ, ਬੰਗਾ, ਬਟਾਲਾ ਅਤੇ ਹੋਰ ਗੁਰਦੁਆਰਿਆਂ ਵਿੱਚ ਵੀ ਜਾਨੀ ਮਾਲੀ ਨੁਕਸਾਨ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜਾਨੀ ਮਾਲੀ ਨੁਕਸਾਨ ਦੇ ਵੇਰਵੇ ਇਕੱਠੇ ਕਰਕੇ ਇਸ ਨੂੰ ਗੁਰਦੁਆਰਿਆਂ ਵਿੱਚ ਇਤਿਹਾਸ ਦੇ ਰੂਪ ਦੇ ਵਿੱਚ ਦਰਸਾਇਆ ਜਾ ਸਕਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ, ਆਪਾਂ ਕਹਿੰਦੇ ਹਾਂ ਕਿ ਜਿਸ ਤਰੀਕੇ ਨਾਲ ਨੁਮਾਇੰਦਗੀ ਕਰਨ ਵਾਲੀ ਸੰਸਥਾ, ਅਤੇ ਉਹਦੇ ਵੱਲੋਂ ਹਾਲੇ ਤੱਕ ਇੰਨੇ ਦਹਾਕੇ ਬੀਤ ਜਾਣ ਦੇ ਬਾਵਜੂਦ ਉਹਨਾਂ ਗੁਰਦੁਆਰਿਆਂ ਦੇ ਵੇਰਵੇ ਹੀ ਇਕੱਤਰ ਨਹੀਂ ਕੀਤੇ ਗਏ ਜਿੱਥੇ 1984 ਦੇ ਮੌਕੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਹੁਣ ਜਦੋਂ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਪੜਤਾਲ ਕਰਨ ਵਾਸਤੇ ਸਬ ਕਮੇਟੀ ਬਣਾਉਣ ਦਾ ਐਲਾਨ ਕੀਤਾ, ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਜਿੰਨੇ ਵੀ ਹੁਣ ਤੱਕ ਸਮੇਂ ਸਮੇਂ ਦੇ ਉੱਤੇ ਪ੍ਰਧਾਨ ਸਾਹਿਬ ਬਦਲਦੇ ਰਹੇ ਆ, ਉਹਨਾਂ ਨੇ ਕੀਤਾ ਕੀ ਆ।
ਸ਼੍ਰੋਮਣੀ ਕਮੇਟੀ ਦਾ ਕੰਮ ਹੈ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ, ਮਨੁੱਖਤਾ ਦੀ ਸੇਵਾ ਕਰਨੀ, ਵਾਤਾਵਰਨ ਦੀ ਸੰਭਾਲ ਕਰਨੀ ਅਤੇ ਹੋਰ ਕੁਝ ਕੁ ਲੋਕ ਪੱਖੀ ਕੰਮ ਇਹਨਾਂ ਦੇ ਹਿੱਸੇ ਦੇ ਵਿੱਚ ਆਉਂਦੇ ਆ। ਪਰ ਕੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਸ਼ਾਨੇ ਦੇ ਵਿੱਚੋਂ ਇਹਨਾਂ ਦੇ ਕੰਮਕਾਜ ਦੇ ਵਿੱਚੋਂ ਬਾਹਰ ਦੀ ਗੱਲ ਹੈ, ਅਤੇ ਜੇਕਰ ਇਹਨਾਂ ਦੇ ਕੰਮਕਾਜ ਦੇ ਵਿੱਚ ਸ਼ਾਮਿਲ ਹੈ ਇਹ ਗੱਲ ਵੀ ਇਹਨਾਂ ਦੇ ਕੰਮ ਦਾ ਹਿੱਸਾ, ਤਾਂ ਫਿਰ ਹੁਣ ਤੱਕ ਇੰਨਾ ਸਮਾਂ ਬੀਤ ਗਿਆ ਇਹਨਾਂ ਦੇ ਵੱਲੋਂ ਉਹਨਾਂ ਗੁਰਦੁਆਰਿਆਂ ਦੇ ਬਾਬਤ ਕੁਝ ਕੀਤਾ ਕਿਉਂ ਨਹੀਂ ਗਿਆ ਜਿੱਥੇ ਕਿ 1984 ਦੇ ਵਿੱਚ ਘੱਟ ਜਾਂ ਵੱਧ ਨੁਕਸਾਨ ਹੋਇਆ। ਮਤਲਬ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਇੱਥੋਂ ਬਹੁਤ ਵੱਡੀ ਲੜੈਕੀ ਝਲਕਦੀ ਹੈ। ਸੋ ਇਸ ਵਕਤ ਜਦੋਂ ਸ਼੍ਰੋਮਣੀ ਅਕਾਲੀ ਦਲ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਇਹਨਾਂ ਨੂੰ 1984 ਕਤਲੇਆਮ ਵੀ ਚੇਤੇ ਆਇਆ, ਪੀੜਤਾਂ ਦੀ ਮਦਦ ਕਰਾਉਣ ਦੀ ਗੱਲ ਵੀ ਚੇਤੇ ਆਈ ਹੈ, ਦਰਬਾਰ ਸਾਹਿਬ ਦੇ ਉੱਤੇ ਜੋ ਹਮਲਾ ਹੋਇਆ ਇਹ ਵੀ ਚੇਤੇ ਆਇਆ, ਇਹੋ ਜਿਹੇ ਕੁਝ ਕੁ ਹੋਰ ਮੁੱਦੇ ਵੀ ਚੇਤੇ ਆਏ ਆ ਜਿਹੜੇ ਕਿ ਸਮੇਂ ਦੇ ਉੱਤੇ ਪਹਿਲਾਂ ਵੀ ਆਉਂਦੇ ਰਹੇ ਆ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਦੇ ਲਈ ਬਜ਼ੁਰਗਾਂ ਨੂੰ, ਲੋਕਾਂ ਨੂੰ ਤੀਰਥ ਯਾਤਰਾ ਯੋਜਨਾ ਦੇ ਉੱਤੇ ਵੀ ਲਿਜਾਂਦਾ ਗਿਆ ਸੀ, ਪਰ ਉਹਦਾ ਕੋਈ ਬਹੁਤਾ ਲਾਭ ਨਹੀਂ ਮਿਲਿਆ, ਆਪਾਂ ਇਹ ਵੀ ਸਾਰੇ ਜਾਣਦੇ ਹਾਂ। ਪਰ ਇਸ ਵਕਤ ਜਿਹੜਾ ਇੱਕ ਵਾਰ ਫਿਰ ਪੁਰਾਣਾ ਪੈਂਤੜਾ ਖੇਡਿਆ ਜਾ ਰਿਹਾ ਕਿ ਇਹ ਅਕਾਲੀ ਦਲ ਨੂੰ ਸੂਤ ਬੈਠੇਗਾ, ਕੀ ਅਕਾਲੀ ਦਲ ਦਾ ਕੋਈ ਲਾਭ ਕਰ ਸਕੇਗਾ, ਕੀ ਇਸ ਪੈਂਤੜੇ ਨੂੰ ਅਪਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਚਾ ਉੱਠ ਸਕੇਗੀ ਕਿਰਦਾਰ ਦੇ ਪੱਖੋਂ, ਅਕਸ ਦੇ ਪੱਖੋਂ, ਅਤੇ ਕੀ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਆਪਣੇ ਵਕਾਰ ਨੂੰ ਬਹਾਲ ਕਰ ਸਕੇਗਾ, ਇਹ ਬਹੁਤ ਵੱਡੇ ਸਵਾਲ ਆ। ਹੁਣ ਜਿਹੜਾ ਇਹ ਪੈਂਤੜਾ ਅਪਣਾਇਆ ਜਾ ਰਿਹਾ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਆਉਂਦੇ ਕੁਝ ਕੁ ਸਮੇਂ ਦੇ ਵਿੱਚ ਹੋ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਕਿ ਵਾਰ ਵਾਰ ਅੱਗੇ ਪਾਈਆਂ ਜਾਂਦੀਆਂ ਰਹੀਆਂ ਉਹ ਵੀ ਹੋ ਜਾਣ। ਇਸ ਕਰਕੇ ਇਹਨਾਂ ਮੁੱਦਿਆਂ ਨੂੰ ਚੁੱਕਣ ਦੀ ਲੋੜ ਵੀ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਵਿੱਚ ਜਿੱਤ ਹਾਸਲ ਹੋ ਸਕੇ। ਬਾਕੀ ਵਕਤ ਦੱਸੂਗਾ ਕਿਹਦੀ ਝੋਲੀ ਦੇ ਵਿੱਚ ਕੀ ਪੈਂਦਾ ਅਤੇ ਕਿਹਦੀ ਝੋਲੀ ਦੇ ਵਿੱਚ ਮਾਯੂਸੀ। ਫਤਿਹਵੀਰ ਦੀ ਮੌਤ ਤੋਂ ਬਾਅਦ ਹੁਣ ਕਈ ਕਿਸਮ ਦੇ ਸਵਾਲ ਉੱਠੇ ਆ, ਅਤੇ ਇੱਕ ਉਹਨਾਂ ਦੇ ਵਿੱਚੋਂ ਸਵਾਲ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਪੰਜਾਬ ਦੀ ਕੈਪਟਨ ਸਰਕਾਰ ਨੂੰ ਕੀਤਾ ਗਿਆ। ਕੈਪਟਨ ਸਰਕਾਰ ਇਹ ਗੱਲ ਕਹਿ ਰਹੀ ਆ ਕਿ NDRF ਨੇ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ। NDRF ਦੇ DIG ਦੇ ਵੱਲੋਂ ਅੱਜ ਇਹ ਗੱਲ ਕਹੀ ਗਈ ਹੈ ਕਿ ਦੁਨੀਆ ਦੇ ਵਿੱਚ ਕਿਤੇ ਵੀ ਬੋਰਵੈੱਲ ਦੇ ਵਿੱਚ ਕੋਈ ਵੀ ਡਿੱਗ ਪਵੇ 3 ਤਰੀਕੇ ਹੁੰਦੇ ਆ ਉਹਨੂੰ ਬਚਾਉਣ ਦੇ, ਅਤੇ ਅਸੀਂ ਭਗਵਾਨਪੁਰਾ ਪਿੰਡ ਦੇ ਵਿੱਚ ਉਹ 3 ਤਰੀਕੇ ਅਜ਼ਮਾ ਕੇ ਦੇਖ ਲਏ ਪਰ ਸਾਨੂੰ ਸਫਲਤਾ ਨਹੀਂ ਮਿਲੀ, ਜਿਹਦੇ ਕਰਕੇ ਬੱਚੇ ਦੀ ਮੌਤ ਦੇ ਉੱਤੇ ਸਾਨੂੰ ਅਫਸੋਸ ਹੈ। ਪਰ ਜੋ ਗੱਲਾਂ ਮਨਜਿੰਦਰ ਸਿੰਘ ਸਿਰਸਾ ਨੇ ਕਹੀਆਂ ਜੇਕਰ ਉਹਨਾਂ ਦੇ ਉੱਤੇ ਯਕੀਨ ਕਰੀਏ ਤਾਂ ਹੋਰ ਅਰਥ ਨਿਕਲਦੇ ਆ, ਨਾ ਯਕੀਨ ਕਰੀਏ ਤਾਂ ਹੋਰ ਅਰਥ ਨਿਕਲਦੇ ਆ। ਅੱਜ ਸਿਰਸਾ ਹੋਰਾਂ ਨੇ ਗੱਲ ਕਹੀ ਆ ਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਯਾਨੀ ਕਿ ਕੈਪਟਨ ਸਰਕਾਰ ਦੇ ਵੱਲੋਂ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਹੀ ਫਤਿਹਵੀਰ ਨੂੰ ਬਚਾਉਣ ਦਾ ਜ਼ਿੰਮਾ ਸੌਂਪੀ ਰੱਖਿਆ। ਵਾਰ ਵਾਰ ਸਿਫਤਾਂ ਦੇ ਪੁਲ ਬੰਨ੍ਹਦੇ ਰਹਿ ਕੇ ਡੇਰਾ ਸਿਰਸਾ ਦੇ ਪ੍ਰੇਮੀ ਕਮਾਲ ਕਰੀ ਜਾਂਦੇ ਆ। ਜੇਕਰ ਇਹਨਾਂ ਦੀ ਕਮਾਲ ਨਾ ਦੇਖੀ ਜਾਂਦੀ, ਇਹਨਾਂ ਨੂੰ ਪਰੇ ਕੀਤਾ ਜਾਂਦਾ ਅਤੇ ਫੌਜ ਨੂੰ ਵੇਲੇ ਸਿਰ ਕੰਮਕਾਜ ਦਾ ਜ਼ਿੰਮਾ ਸੌਂਪਿਆ ਜਾਂਦਾ ਤਾਂ ਸ਼ਾਇਦ ਫਤਿਹਵੀਰ ਅੱਜ ਜਿਉਂਦਾ ਹੁੰਦਾ, ਅੱਜ ਉਹਦਾ ਸੰਸਕਾਰ ਕਰਨ ਦੀ ਲੋੜ ਨਾ ਪੈਂਦੀ। ਹੁਣ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਜਦੋਂ ਇਹ ਸਵਾਲ ਕੀਤੇ ਆ ਤਾਂ ਮਨ ਦੇ ਵਿੱਚ ਇੱਕ ਇਹ ਵੀ ਸਵਾਲ ਉੱਠਦਾ ਕਿ ਅਕਾਲੀ ਦਲ ਦੇ ਆਗੂ ਵੀ ਤਾਂ ਜਾਂਦੇ ਰਹੇ ਡੇਰਾ ਮੁਖੀ ਦੇ ਕੋਲ, ਉਹਨਾਂ ਨੂੰ ਤਾਂ ਆਪਾਂ ਜਾਣਦੇ ਹਾਂ ਕਿ ਸਜ਼ਾ ਵੀ ਹੋਈ ਸੀ ਧਾਰਮਿਕ, ਅਤੇ ਫਿਰ ਉਹਨਾਂ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਜਾ ਕੇ ਧਾਰਮਿਕ ਥਾਵਾਂ ਦੇ ਉੱਤੇ ਉਹ ਧਾਰਮਿਕ ਸਜ਼ਾ ਜਿਹੜੀ ਉਹ ਭੁਗਤੀ ਵੀ ਗਈ ਸੀ। ਪਰ ਕੀ ਸਿਰਸੇ ਵਾਲਿਆਂ ਦੀ ਇਸ ਗੱਲ ਦੇ ਉੱਤੇ ਯਕੀਨ ਕਰਨਾ ਬਣਦਾ ਜਾਂ ਨਹੀਂ, ਇਹ ਸਭ ਦੇ ਆਪੋ ਆਪਣੇ ਵਿਚਾਰ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਰਜਿੰਦਰ ਸਿੰਘ ਸਿਰਸਾ ਨੇ ਬੋਰਵੈੱਲ ਦੇ ਵਿੱਚ ਡਿੱਗ ਕੇ ਮਾਰੇ ਗਏ ਮਾਸੂਮ ਫਤਿਹਵੀਰ ਦੀ ਮੌਤ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਫਤਿਹਵੀਰ ਨੂੰ ਬਚਾਇਆ ਜਾ ਸਕਦਾ ਸੀ ਪਰ ਇਹ ਸਭ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਲਾਪਰਵਾਹੀ ਨਾਲ ਵਾਪਰਿਆ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਧਿਆਨ ਫਤਿਹਵੀਰ ਨੂੰ ਬਚਾਉਣ ਵੱਲ ਘੱਟ ਅਤੇ ਸੱਚਾ ਸੌਦਾ ਵਾਲਿਆਂ ਨੂੰ ਚਮਕਾਉਣ ਦੇ ਵੱਲ ਵੱਧ ਸੀ। ਸਿਰਸਾ ਨੇ ਕਿਹਾ ਕਿ ਜਿਸ ਗੁਰਵਿੰਦਰ ਸਿੰਘ ਨੇ ਮ੍ਰਿਤਕ ਰੂਪ ਦੇ ਵਿੱਚ ਫਤਿਹਵੀਰ ਨੂੰ ਬੋਰਵੈੱਲ ਵਿੱਚੋਂ ਕੱਢਿਆ ਉਹ ਵਾਰ ਵਾਰ ਕਹਿ ਰਿਹਾ ਸੀ ਕਿ ਮੈਨੂੰ ਇਹ ਕੰਮ ਕਰਨ ਦਿਓ, ਮੈਂ ਬੱਚੇ ਨੂੰ ਸਹੀ ਸਲਾਮਤ ਕੱਢ ਲਵਾਂਗਾ, ਪਰ ਪ੍ਰਸ਼ਾਸਨ ਉਸ ਨੂੰ ਇਹ ਗੱਲ ਕਹਿ ਕੇ ਮਨਾ ਕਰਦਾ ਰਿਹਾ ਕਿ ਸੱਚਾ ਸੌਦਾ ਵਾਲੇ ਕੰਮ ਕਰ ਰਹੇ ਨੇ। ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਮੀਡੀਆ 'ਚ ਸੱਚੇ ਸੌਦੇ ਵਾਲਿਆਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਸੀ ਕਿ ਕਿੰਨਾ ਚੰਗਾ ਕੰਮ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸੱਚੇ ਸੌਦੇ ਵਾਲਿਆਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਉਹਨਾਂ ਨੂੰ ਚਮਕਾਉਣ ਅਤੇ ਉਹਨਾਂ ਦਾ ਅਕਸ ਵਧੀਆ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਮਾਸੂਮ ਫਤਿਹਵੀਰ ਦੀ ਜਾਨ ਚਲੀ ਗਈ ਹੈ। ਸਿਰਸਾ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ, ਸਥਾਨਕ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਇਸ ਕੰਮ ਦੇ ਵਿੱਚ ਲੱਗੇ ਕਾਂਗਰਸੀ ਆਗੂਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਤਾਂ ਦੋਸਤੋ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਇੱਕ ਦੇਸੀ ਜੁਗਾੜ ਲਾ ਕੇ ਇਸ ਬੱਚੇ ਨੂੰ ਬਾਹਰ ਕੱਢਿਆ ਗਿਆ,
ਜੇਕਰ ਇਹੀ ਦੇਸੀ ਤਰੀਕਾ ਅਪਣਾਇਆ ਜਾਂਦਾ ਪਹਿਲੇ ਦਿਨ ਜਾਂ ਦੂਜੇ ਦਿਨ, ਜਿਹੜਾ ਕਿ ਅੱਜ ਅਪਣਾਇਆ ਗਿਆ ਐਨ ਅਖੀਰ ਦੇ ਉੱਤੇ ਮੌਕੇ ਦੇ ਉੱਤੇ ਆ ਕੇ ਜਦੋਂ ਹੋਰ ਕੋਈ ਪੇਸ਼ ਨਹੀਂ ਚੱਲੀ ਤਾਂ ਸ਼ਾਇਦ ਇਸ ਬੱਚੇ ਦੀ ਜ਼ਿੰਦਗੀ ਬਚ ਜਾਂਦੀ। ਹਾਲਾਂਕਿ ਇਹ ਨਹੀਂ ਕਹਿ ਸਕਦੇ ਕਿ 100% ਬਚ ਜਾਂਦੀ, ਪਰ ਅੰਦਾਜ਼ਾ ਇਸ ਗੱਲ ਦਾ ਲੱਗਦਾ, ਕਿਉਂਕਿ ਡਾਕਟਰਾਂ ਨੇ ਜਿਹੜਾ ਨੇ ਪੋਸਟਮਾਰਟਮ ਦੀ ਰਿਪੋਰਟ ਪੇਸ਼ ਕੀਤੀ ਹੈ, ਉਹਨਾਂ ਨੇ ਕਿਹਾ ਕਿ ਬੱਚੇ ਦੀ ਜਾਨ ਆ ਜਿਹੜੀ ਉਹ 2 ਦਿਨ ਪਹਿਲਾਂ ਨਿਕਲ ਗਈ ਸੀ। ਅਤੇ ਮਤਲਬ ਇਹ ਹੈ ਕਿ ਜੇਕਰ ਪਹਿਲੇ ਦਿਨ ਹੀ ਇਹ ਕੋਸ਼ਿਸ਼ਾਂ ਹੁੰਦੀਆਂ, ਜੇਕਰ ਜਾਂ ਦੂਜੇ ਦਿਨ ਕੋਸ਼ਿਸ਼ਾਂ ਹੋ ਜਾਂਦੀਆਂ ਤਾਂ ਫਤਿਹਵੀਰ ਸ਼ਾਇਦ ਜਾਂਦਾ ਹੁੰਦਾ। ਪਰ ਜਿਹੜੀ ਗੱਲ ਸਿਰਸਾ ਪ੍ਰੇਮੀਆਂ ਦੀ ਆ, ਉਹਦੇ ਵਿੱਚ ਜੱਗਾ ਸਿੰਘ ਦਾ ਨਾਂ ਵਾਰ ਵਾਰ ਆਉਂਦਾ, ਜਿਹਨੇ ਕਿ ਖੂਹ ਹੀ ਪੁੱਟੀ ਹੈ। ਜੱਗਾ ਸਿੰਘ ਨੇ ਇਹ ਗੱਲ ਕਹੀ ਹੈ ਕਿ ਮੈਂ ਇਸ ਬੱਚੇ ਨੂੰ ਕੱਢਣਾ ਚਾਹੁੰਦਾ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਮੈਨੂੰ ਮਨ੍ਹਾ ਕਰ ਦਿੱਤਾ ਗਿਆ। ਵਿੱਚ ਵਿਚਾਲੇ ਖਬਰਾਂ ਇਹ ਵੀ ਪ੍ਰਾਪਤ ਹੋਈਆਂ ਕਿ ਜੱਗਾ ਸਿੰਘ ਨੇ ਕੰਮ ਕਰਨ ਤੋਂ ਇਸ ਕਰਕੇ ਇਨਕਾਰ ਕਰਤਾ ਕਿਉਂਕਿ NDRF ਵਾਲਿਆਂ ਨੇ ਕਿਹਾ ਕਿ ਸਾਡੀ ਵਰਦੀ ਪਾ ਕੇ ਅੰਦਰ ਜਾਣਾ ਪਊ, ਤੈਨੂੰ ਖੂਹ ਦੇ। ਉਹਨੇ ਕਿਹਾ ਜੀ ਕਿ ਮੈਂ ਵਰਦੀ ਪਾ ਕੇ ਨਹੀਂ ਜਾਣਾ। ਅਸਲ ਦੇ ਵਿੱਚ ਇੱਥੇ ਸਿਹਰਾ ਲੈਣ ਦੀ ਦੌੜ ਚੱਲ ਪਈ, ਇਹਦਾ ਮਤਲਬ ਇਹ ਹੋਇਆ NDRF ਵਾਲੇ ਕਹਿੰਦੇ ਸੀ ਵੀ ਸਾਡੇ ਸਿਹਰਾ ਸਜੇ, ਅਤੇ ਸ਼ਾਇਦ ਜੋ ਜੱਗਾ ਸਿੰਘ ਆ ਉਹ ਚਾਹੁੰਦਾ ਸੀ ਕਿ ਮੈਂ ਕਿਸੇ ਹੋਰ ਨੂੰ ਸਿਹਰਾ ਨਾ ਦੇਵਾਂ। ਪਰ ਜੇਕਰ ਅਸੀਂ ਬੱਚੇ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ, ਜਿਹੜੀ ਕਿ ਮੁੱਢਲੀ ਰਿਪੋਰਟ ਹੈ ਉਹਦੇ ਮੁਤਾਬਕ ਜੇਕਰ ਵਰਦੀ ਪਾ ਵੀ ਲਈ ਜਾਂਦੀ ਤਾਂ ਇਹਦੇ ਵਿੱਚ ਮੇਰੇ ਖਿਆਲ ਦੇ ਮੁਤਾਬਕ ਕੋਈ ਬਹੁਤ ਵੱਡੇ ਗੁਨਾਹ ਵਾਲੀ ਗੱਲ ਨਹੀਂ ਸੀ ਹੋਣੀ। ਜੇਕਰ ਕਿਸੇ ਦੀ ਜ਼ਿੰਦਗੀ ਇੱਕ ਸ਼ਰਟ ਪਾਉਣ ਨਾਲ, ਇੱਕ ਜੈਕਟ ਪਾਉਣ ਦੇ ਨਾਲ ਬਚਦੀ ਹੋਵੇ ਤਾਂ ਉਹ ਬਚਾ ਲੈਣੀ ਚਾਹੀਦੀ ਆ। ਹਾਲਾਂਕਿ 100% ਇਸ ਗੱਲ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਜਿਹੜੀਆਂ ਮੀਡੀਆ ਦੇ ਵਿੱਚ ਰਿਪੋਰਟਾਂ ਆਈਆਂ ਉਹ ਸਹੀ ਆ ਜਾਂ ਗਲਤ ਜੱਗਾ ਸਿੰਘ ਦੇ ਮੁਤਲਕ, ਪਰ ਜੋ ਖਬਰਾਂ ਆਈਆਂ ਉਹਦਾ ਇੱਕ ਹਿੱਸਾ ਇਹ ਵੀ ਕੁਝ ਬੋਲਦਾ। ਸੋ ਹੁਣ ਜਦੋਂ ਬੱਚਾ ਇੱਥੇ ਨਹੀਂ ਤਾਂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਦੋਸ਼ ਲਾਏ ਗਏ ਆ। ਇਹ ਗੱਲ ਸੱਚੀ ਆ ਕਿ ਅਕਾਲੀਆਂ ਨੂੰ ਵੀ, ਕਾਂਗਰਸੀਆਂ ਨੂੰ ਵੀ, ਭਾਜਪਾਈਆਂ ਨੂੰ ਵੀ ਸਮੇਂ ਦੇ ਉੱਤੇ ਸਿਰਸੇ ਵਾਲਿਆਂ ਦੀ ਲੋੜ ਪੈਂਦੀ ਰਹੀ ਹੈ। ਐਤਕੀ ਵੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਗੰਢ ਧੁੱਪ ਹੋਈ ਆ। ਐਤਕੀ ਬੇਸ਼ੱਕ ਜੇਲ੍ਹ ਦੇ ਅੰਦਰ ਬੈਠਾ ਸੁਨਾਰੀਆ ਜੇਲ੍ਹ ਦੇ ਵਿੱਚ ਗੁਰਮੀਤ ਰਾਮ ਰਹੀਮ, ਪਰ ਉਹਦੇ ਪੈਰੋਕਾਰਾਂ ਦੇ ਵੱਲੋਂ ਫਿਰ ਰਾਜਨੀਤਿਕ ਵਿੰਗ ਆ ਜਿਹੜਾ ਉਹਦੇ ਵੱਲੋਂ ਕਈ ਤਰ੍ਹਾਂ ਦੀਆਂ ਵਿਉਂਤਬੰਦੀਆਂ ਕੀਤੀਆਂ ਗਈਆਂ। ਜਿਸ ਤਰੀਕੇ ਦੇ ਨਾਲ ਹੁਣ ਸਿਰਸਾ ਹੋਰਾਂ ਨੇ ਬਿਆਨਬਾਜ਼ੀ ਕੀਤੀ ਹੈ, ਇਹ ਬਿਆਨਬਾਜ਼ੀ ਉਹਨਾਂ ਨੂੰ ਸ਼ੋਭਦੀ ਨਹੀਂ, ਕਿਉਂਕਿ ਇਸ ਹਮਾਮ ਦੇ ਵਿੱਚ ਉਹ ਵੀ ਇੱਕੋ ਜਿਹੀ ਹੈ, ਕਿਉਂਕਿ ਉਹਨਾਂ ਦੀ ਪਾਰਟੀ ਦੇ ਉੱਤੇ ਵੀ ਸਮੇਂ 'ਤੇ ਇਹੀ ਦੋਸ਼ ਲੱਗੇ ਆ। ਪਰ ਕਿਉਂਕਿ ਇੱਥੇ ਰਾਜਨੀਤੀ ਦੋਸ਼ਾਂ ਦੀ ਹੈ, ਇੱਥੇ ਮੋਇਆਂ ਦੇ ਉੱਤੇ ਰਾਜਨੀਤੀ ਹੁੰਦੀ ਹੈ, ਇਸ ਕਰਕੇ ਭਾਰਤ ਦੇ ਵਿੱਚ ਜਦੋਂ ਇਹ ਸਾਰਾ ਵਰਤਾਰਾ ਹੁੰਦਾ ਹੈ ਇਹਦੇ ਉੱਤੇ ਹੁਣ ਹੈਰਾਨੀ ਘੱਟ ਹੁੰਦੀ ਹੈ, ਪਰੇਸ਼ਾਨੀ ਵੱਧ। ਖਬਰਾਂ ਦੇ ਉੱਤੇ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।